ਪਟਿਆਲਾ ਸਾਹਿਬ ਜੀ ਦਾ ਸ਼ੇਰ ਪੇਸ਼ ਕੀਤਾ, ਮੈਂ ਅਜ਼ਲਾਂ ਤੋਂ ਬਾਂਧੀ ਰਸ਼ੀਦ ਤੇਰੀ। ਆਖਿਆ ਕਿ ਸਜਣਾ, ਅਜ਼ਲਾਂ ਤੋਂ ਮੈਂ ਤੇਰੀ ਨੌਕਰ ਹਾਂ, ਤਾਂ ਇਹ ਲੋਕ ਜਿਹੜੇ ਹੈ ਇਵੇਂ ਆਪਣੇ ਵੈਰੀ ਬਣਾਏ ਤਾਂ ਸਿਰਫ ਔਰ ਸਿਰਫ ਤੇਰੀ ਖਾਤਰ। ਤਾਂ ਅਲੀ ਜਾ, ਇਹ ਜਿਹੜੀ ਪਿਆਰ ਦੀ ਮੰਜ਼ਲ ਹੈ ਨਾ, ਇਹ ਮੰਜ਼ਲ ਬਹੁਤ ਦੁਸ਼ਵਾਰ ਮੰਜ਼ਲ ਹੈ, ਇਹ ਰਾਜੇ ਹੋਰਾਂ ਨੇ ਵਸਿਆ ਨਾ ਕੰਮ ਹੀ ਕੋਈ ਨਹੀਂ। ਕਿਉਂਕਿ ਜਿਸ ਤਰ੍ਹਾਂ ਇੱਕ ਉਰਦੂ ਨਾਲ ਸ਼ੇਰ ਹੈ ਕਿ ਪਿਆਰ ਕੇ ਲੀਏ ਕੁਛ ਦਿਲ ਮਖਸੂਸ ਹੋਤੇ ਹੈ, ਪਿਆਰ ਕੇ ਲੀਏ ਕੁਛ ਦਿਲ ਮਖਸੂਸ ਹੋਤੇ ਹੈ, ਯੇ ਵੋ ਨਗਮਾ ਹੈ ਜੋ ਅਰਸਾਜ਼ ਪੇ ਗਾਇਆ ਨਹੀਂ ਜਾਤਾ। ਇਹ ਆਸ਼ਕਾਂ ਨੇ ਇਹ ਕੰਮ ਨਹੀਂ ਕਿ ਸਜਣਾ ਪਿੱਛੇ ਝੁੱਗੀ ਪਾਈ ਕੀਤੀ ਤੇ ਪੂਰੀ ਦੁਨੀਆ ਕੀ ਦੱਸੀ ਛੁੜਿਆ ਕਿ ਸਜਣਾ ਪਿੱਛੇ ਅਸਾਂ ਝੁੱਗੀ ਪਾਈ ਕੀਤੀ। ਹੁਣ ਇਹ ਨਹੀਂ ਪਤਾ ਕਿ ਇਹਨਾਂ ਨੇ ਝੁੱਗੀ ਪੰਜਾਂ ਮਰਲਿਆਂ ਵਿੱਚ ਜਾਂ ਦਸਾਂ ਕਨਾਲੀਆਂ ਵਿੱਚ। ਵੈਸੇ ਅੱਜ ਕੱਲ੍ਹ ਉਹ ਆਸ਼ਕ ਨਹੀਂ ਜਿਹੜੇ ਝੁੱਗੀ ਪਾਣ, ਤੇ ਸਾਡੇ ਮੋਹਤਰਾਮੇ ਬਜ਼ੁਰਗ ਇਹਨਾਂ ਨੇ ਇਹ ਚਾਹਤਾ ਕਿ ਸਾਈਆਂ ਦੇ ਲਈ ਰਾਣੀ ਸਰਕਾਰ ਨੇ ਕੋਈ ਗੱਲ ਸੁਣਾਓ, ਤੇ ਮੋਗੇ ਨੇ ਮੁਨਾਸਬਤ ਨਾਲ ਸ਼ੇਰ ਸਾਹਮਣੇ ਆ ਗਿਆ ਤਾਂ ਆਵਾਜ਼ ਇਸ ਤਰ੍ਹਾਂ ਕੀਤੀ। ਆਖਿਆ ਸਜਣਾ ਸ਼ੋਰ ਪਾਵਣਾ ਕੰਮ ਹੈ ਸ਼ੋਦਿਆਂ ਦਾ, ਸ਼ੋਰ ਪਾਵਣਾ ਕੰਮ ਹੈ ਸ਼ੋਦਿਆਂ ਦਾ, ਤਾਂ ਜੇ ਤੂੰ ਆਸ਼ਕ ਤੈਨੂੰ ਸ਼ੋਰ ਨਾਲ ਕੀ। ਜਜ਼ਬਾ ਉਸ ਮੁਹੱਬਤ ਦੇ ਨਾਲ ਸਿਦਕੂ ਲਾ ਕੇ ਤੋੜ ਨਬਾਣੀਆਂ ਸਿੱਖੀਆਂ ਮੈਂ। ਜਜ਼ਬਾ ਉਸ ਮੁਹੱਬਤ ਦੇ ਨਾਲ ਸਿਦਕੂ ਲਾ ਕੇ ਤੋੜ ਨਬਾਣੀਆਂ ਸਿੱਖੀਆਂ ਮੈਂ, ਦਾਨਿਸ਼ਮੰਦਾਂ ਦੀ ਮਜਲਸੋਂ ਦਰਸ ਲੈ ਕੇ ਕਰਨੀਆਂ ਗੱਲਾਂ ਸਿਆੜੀਆਂ ਸਿੱਖੀਆਂ ਮੈਂ, ਪੀ ਕੇ ਸਬਰ ਦਾ ਬਹੁ ਜਾਂ ਮਿੱਠਾ ਪੰਡਾ ਗਮ ਦੀਆਂ ਚਾਣੀਆਂ ਸਿੱਖੀਆਂ ਮੈਂ, ਦੋਸਤ ਦੁਸ਼ਮਣ ਦਾ ਦਰਦੀ ਸ਼ਹਿਦਾਦ ਬਣ ਕੇ ਬਲਦੀਆਂ ਅੱਗਾਂ ਬੁਝਾਣੀਆਂ ਸਿੱਖੀਆਂ ਮੈਂ। ਜਿਸ ਤਰ੍ਹਾਂ ਮੇਰੇ ਦੋਸਤ ਸ਼ੇਰਵੇਸ਼ ਕੀਤਾ ਤੇ ਮੋਹਤਰਮ ਖਲੀਲ ਆਸਮ ਸਾਹਿਬ ਨੇ ਖਿਆਲ ਹੋ ਕਿਸ ਤਰ੍ਹਾਂ
ਆਓ ਸਜਣਾ ਦਿਲ ਦੇ ਹੱਥ ਰੱਖੀਏ ਜ਼ਰਾ ਸੋਏ ਦੁਖੜਾ ਹੋ ਸਜਣਾ ਦਿਲ ਦੇ ਹੱਥ ਰੱਖੀਏ ਜ਼ਰਾ ਸੋਏ ਦੁਖੜਾ ਓਏ ਹੋਇਆ ਮੁੱਦਾ ਮੈਂ ਸੀਨੇ ਨਾਲ ਲਾਇਆ ਹੋਇਆ ਅੱਖਿਓ ਕਿਸਰੋ ਤੇਰੀ ਯਾਦ ਰੋ ਅੱਛਾ ਇਹ ਦਿਲ ਤੇਰਾ ਦੀਵਾਨਾ ਹੈ ਤੇਰੇ ਨਾਲ ਮੁਹੱਬਤ ਹੈ ਮੇਰੇ ਮਹਿਬੂਬ ਤੂੰ ਜੋ ਚਾਹੇ ਸੋ ਕਰਨਾ ਰਹੋ ਲੇਕਿਨ ਕਿਹਾ ਉਹ ਸਜਣਾ ਦਿਲ ਤੇ ਹੱਥ ਰੱਖੀਏ ਉਹ ਸਜਣਾ ਦਿਲ ਤੇ ਹੱਥ ਰੱਖੀਏ ਜ਼ਰਾ ਸੋਏ ਦੁਖੜਾ ਓਏ ਹੋਇਆ ਮੁੱਦਾ ਮੈਂ ਸੀਨੇ ਨਾਲ ਲਾਇਆ ਹੋਇਆ ਹੋ ਜਾਂਦਾ ਗੈਰ ਦਾ ਘਰ ਹੋਏ ਆਬਾਦ ਕੀ ਤਾਈ ਓਏ ਉਸੇ ਦਿਲ ਦਾ ਘਰ ਜਲਾਇਆ ਹੋਇਆ ਉਹ ਸਜਣਾ ਨਾ ਕੋਈ ਪੀਰ ਛੱਡਿਆ ਓਏ ਓ ਸਜਣਾ ਨਾ ਕੋਈ ਪੀਰ ਛੱਡਿਆ ਇਹ ਨਾ ਫਕੀਰ ਛੱਡਿਆ ਹੈ ਤੇਰੇ ਇੱਜ਼ਤ ਕੀ ਯਾਦ ਬਣਾਇਆ ਹੋਇਆ ਓ ਸਜਣਾ ਓ ਤੇਰੀ ਯਾਦ ਅੰਦਰ ਹਾਏ ਅਬੜੀ ਯਾਦ ਨਾ ਰਹੀ ਓਏ ਐਸਾ ਕੌਣ ਮੈਂ ਭੁਲਿਆ ਬੁਲਾਇਆ ਹੋਇਆ ਇਹ ਰਿਸ਼ਤਾ ਪਿਆਰ ਦਾ ਓਏ ਦੁਨੀਆ ਨਾ ਤੋੜ ਸਕੀ ਅੱਛਾ ਤੂੰ ਤਾਂ ਸੰਗਾ ਸਹੇਲੀਆਂ ਨਾਲ ਖੁਸ਼ ਹੋ ਖਰੋਂ ਵਸਣੇ ਪਿਆ ਮੇਰੇ ਮਹਿਬੂਬ ਲੇਕਿਨ ਇਹਨਾਂ ਲੋਕਾਂ ਮੈਨੂੰ ਕਿਤਨੇ ਕੀਤਾ ਨੇ ਮਾਰੇ ਲੇਕਿਨ ਕਿਆ ਹੋਇਆ ਓ ਰਿਸ਼ਤਾ ਪਿਆਰ ਦਾ ਓਏ ਦੁਨੀਆ ਨਾ ਤੋੜ ਸਕੀ ਹਾਏ ਕਈ ਵਾਰ ਇਸ ਮੈਨੂੰ ਅਜ਼ਮਾਇਆ ਹੋਇਆ ਓ ਸਜਣਾ ਕਦੀ ਪੁੱਛੋਏ ਵਿਛੋੜੇ ਵਿੱਚ ਕਿਵੇਂ ਗੁਜ਼ਰੀ ਅੱਛਾ ਮੇਰੇ ਮਹਿਬੂਬ ਇੱਕ ਦਫਾ ਆ ਕੇ ਪਤਾ ਤਾਂ ਕਰ ਭਾਈ ਦੀਵਾਨਾ ਤੇਰੀ ਯਾਦ ਵਿੱਚ ਕਿਸ ਤਰ੍ਹਾਂ ਹੈ ਓਏ ਕਦੀ ਪੁੱਛੋਏ ਵਿਛੋੜੇ ਵਿੱਚ ਕਿਵੇਂ ਗੁਜ਼ਰੀ ਹਾਏ ਕਦੀ ਪੁੱਛ ਕੀ ਦਰਦੋਂ ਛਪਾਇਆ ਹੋਇਆ ਸਜਣਾ ਪਲਾ ਪਲੀ ਦੁਨੀਆ ਸਾਰੀ ਸਾਰੀ ਦੁਨੀਆ ਅੱਛਾ ਮੇਰੇ ਮਹਿਬੂਬ ਤੇਰੇ ਤੋਂ ਬੜੇ ਬੜੇ ਹੋਸ਼ੀਲ ਲੋਕ ਪੈਦਾ ਹੋਏ ਇਸ ਦੁਨੀਆ ਤੇ ਲੇਕਿਨ ਕਿਹਾ ਕਿ ਤੇਰੇ ਤੋਂ ਇਲਾਵਾ ਇਸ ਦਿਲ ਨੂੰ ਕੋਈ ਪਸੰਦ ਹੀ ਨਹੀਂ ਆਇਆ ਸਜਣਾ ਪਲਾ ਪਲੀ ਦੁਨੀਆ ਸਾਰੀ ਸਾਰੀ ਦੁਨੀਆ ਤੂੰ ਹੀ ਦਿਲ ਵਿੱਚ ਵਸਿਆ ਵਸਾਇਆ ਹੋਇਆ ਹਾਏ ਮੈਨੂੰ ਕਸਮ ਤੇਰੀ ਉਹ ਮੈਨੂੰ ਕਸਮ ਤੇਰੀ ਹਾਏ ਮੈਨੂੰ ਕਸਮ ਤੇਰੀ ਮੈਨੂੰ ਕਸਮ ਤੇਰੀ ਤੂੰ ਅੱਖੀਆਂ ਨੇ ਵਿੱਚ ਸਮਾਇਆ ਹੋਇਆ ਉਹ ਜ਼ਿੰਦਾ ਰੱਖੇ ਮਾਰੇ ਅਸਮ ਤੇਰੀ ਉਹ ਵਰਦੀ ਬਦਲ ਵਿੱਚ ਕਾਫੀ ਬਜ਼ੁਰਗ ਹਸਤੀਆਂ ਵੀ ਮੌਜੂਦ ਨੇ ਕੋਸ਼ਿਸ਼ ਕਰਸਾਂ ਕਿ ਉਹਨਾਂ ਨੇ ਚਾਹਤਾ ਵੀ ਕੋਈ ਥੋੜ੍ਹਾ ਜਿਹਾ ਰੰਗ ਪੇਸ਼ ਕਰੀਏ
ਦੋਸਤੋ ਆਪਣੀ ਆਪਣੀ ਜਗ੍ਹਾ ਤੱਕ ਬੈਸੋ ਤਾਂ ਸ਼੍ਰੀ ਗੁਰੂ ਚਾਸਾ ਸਿੰਘ।